फिलौर के पिंड गड़ा विखे दो धिर हुई लड़ाई में कई लोगों के गंभीर जख्मी होने का मामला सामने आया है। इस झगड़े दौरान घर के समान की भनतोड़ भी की गई। इस संबंधी गलबात करद महिला सुरेंद्र कौर ते राम लुभाए ने दसिया कि उन्होंने घर में आ के तेजधार हथियार लैस हो के दो दर्जन के करीब हमलावर वालों भनतोड़ की गई तो मारकुट की गई है, जिस विच सुरेंद्र कौर जख्मी हो गई, जिसन जख्मी हालत में फिलौर के सिविल हस्पताल विखे दाखिल करवाया गया। उन्होंने दसिया कि उन्होंने लड़के घर के बाहर सड़क पर खड़ के गोलगप्पे खा रहे सन, तो दूसरी धिर ने आके झगड़ा करना शुरू कर दिता। सर इन्होंने साढ़े ना बूहे भन्नी गेट गेट भन के साथ अंदर आके तो इन्होंने तरपाना दाद कटे और मेरे तरपान लगी मे असि अपने बचा कर कारण कारण की हो लड़ाई झगड़े का कारण जी साढ़े बेटा से गोलगप्पे खाते रेहड़ी से आए थे घूमते तो कहते सू देखना आया बिचे इन्होंने कह लगे सा भरा कर देगा जो गलों खा लिया तो फिर आ मेरी दराणी है ये भी उसके कोल से अभी तो चलो घर से इन्होंने अपने अखी देखा जो जो हो बस उतो गल बद गई। ये सानू पुलिस मुलाजम आए और कहते चलो उन्होंने देखा हाट मैट कर कहते चलो बैठो आराम ना ਵੀ ਹੁਣ ਤੁਸੀਂ ਅੰਦਰ ਹੀ ਵੜ ਜਾਓ। ਅਸੀਂ ਅੰਦਰ ਬਹਿ ਗਏ, ਇਹਨਾਂ ਨੇ ਸਾਡੇ ਪਤਾ ਨਹੀਂ ਕੀ ਕੀ ਮਾਰ ਕੇ ਗੇਟ ਭੰਨੇ, ਕਿੰਨੇ ਕੁ ਜਾਣੇ ਸੀਗੇ। ਅਸੀਂ ਬਚਾਅ ਕਰਦੇ ਕਰਦੇ ਵੀ ਸਾਡੇ ਆ ਦਰਦਾਤ ਮਾਰੇ ਨੇ ਤਰਪਾਨਾ ਮਾਰਨਾ। ਕਾਰਨ ਇਹੀ ਆ ਵੀ ਇਹਨਾਂ ਦਾ ਮੋਟਰਸਾਈਕਲ ਖੜਾ ਸੀਗਾ ਰਸਤੇ ਦੇ ਵਿੱਚ, ਮੁੰਡਾ ਯਾਰ ਦੋਸਤ ਸੀ ਪ੍ਰਿੰਸ ਉਹਦਾ ਮੋਟਰਸਾਈਕਲ, ਅਤੇ ਇਹ ਕਹਿੰਦੇ ਮੋਟਰਸਾਈਕਲ ਕਿਉਂ ਖੜਾ ਕੀਤਾ, ਮੋਟਰਸਾਈਕਲ ਇਹਨਾਂ ਨੂੰ ਮੁੰਡਾ ਮਿਲਣ ਆ ਗਿਆ। ਉਹ ਮੋਟਰਸਾਈਕਲ ਤੋਂ ਕਹਿੰਦੇ ਤੁਸੀਂ ਮੋਟਰਸਾਈਕਲ, ਦੋ ਮਹੀਨੇ ਪਹਿਲਾਂ ਦੀ ਗੱਲ ਆ, ਮੋਟਰਸਾਈਕਲ ਕਹਿੰਦੇ ਸੜਕ ਦੇ ਵਿੱਚ ਲਾਇਆ, ਕਹਿੰਦੇ ਭਾਅ ਜੀ ਸਾਈਡ 'ਤੇ ਕਰ ਲੈਂਦੇ ਹਾਂ। ਉਹ ਮੋਟਰਸਾਈਕਲ ਸਾਈਡ 'ਤੇ ਕਰਕੇ ਲੰਘ ਹੈ, ਰਾਤੀ ਸ਼ਰਾਬ ਪੀ ਕੇ ਕਹਿੰਦੇ ਤੁਸੀਂ ਮੋਟਰਸਾਈਕਲ ਕਿਉਂ ਲਾਇਆ ਇੱਥੇ, ਕਿਤੋਂ ਹੀ ਆਵਾ ਤਵਾ ਬੋਲ। ਰਾਤੀ ਕੀ ਕੀਤਾ ਉਹਨਾਂ ਨੇ? ਰਾਤੀ ਆ ਗਾਲਾਂ ਕੱਢ ਕੇ ਗਏ ਆ, ਮੁੜ ਕੇ ਉਹ ਗਾਲਾਂ ਕੱਢ ਕੇ ਕਿਰਪਾਨਾਂ ਮਾਰ ਕੇ, ਅਤੇ ਇੱਕ ਸਾਡੀ ਭਰਜਾਈ ਹੈ ਛੋਟੀ ਉਹਦੇ ਇੱਦਾਂ ਕਿਰਪਾਨ ਮਾਰ ਲੈਂਦੇ, ਪਰ ਗੇਟ ਬੰਦ ਕਰ ਲਿਆ, ਗੇਟ ਤੋਂ ਤਲਕ ਉਹਦੇ ਅੱਖ 'ਤੇ ਕਿਰਪਾਨ ਲੱਗੀ ਉਹ ਹਸਪਤਾਲ ਵਾ। ਉੱਧਰੋਂ ਸਟਾਰਟ ਹੋਏ ਘਰ ਤੋਂ ਭੰਨਤੋੜ ਕਰਨੀ, ਉਹ ਤੋਂ ਸਾਰੇ ਘਰ ਸਾਰੇ ਮੁਹੱਲੇ 'ਚ ਭੰਨਤੋੜ ਕਰ। ਕਿੰਨੇ ਬੰਦੇ ਸੀ ਟੋਟਲ? ਉਹ 35-40 ਬੰਦੇ ਕਰਦੇ, ਅਗਰ ਕੈਮਰੇ 'ਚ ਆਇਆ ਉਹਨਾਂ ਤੁਹਾਨੂੰ ਸਾਰਾ ਦਿਖਾ ਦਿੰਦੇ ਨੇ ਕੈਮਰੇ। ਉੱਧਰ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਦੂਸਰੀ ਧਿਰ ਦੇ ਹਰਮਨ ਅਤੇ ਅਨਮੋਲਕ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ 2 ਹਫ਼ਤੇ ਪਹਿਲਾਂ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਪਹਿਲੀ ਧਿਰ ਨਾਲ ਲੜਾਈ ਹੋਈ ਸੀ ਅਤੇ ਇਹ ਖੁਦ ਹੀ ਸੱਟਾ ਮਾਰ ਕੇ ਸਿਵਲ ਹਸਪਤਾਲ ਵਿਖੇ ਦਾਖਲ ਹੋਏ ਨੇ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਹਨਾਂ ਦੇ ਘਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਭੰਨਤੋੜ ਵੀ ਨਹੀਂ ਕੀਤੀ ਗਈ। ਮੈਂ ਪਹਿਲਾਂ ਕੱਲ੍ਹ ਰਾਤੀ ਆ ਰਿਹਾ ਸੀਗਾ, ਜਿਹੜੇ ਮੁੰਡੇ ਮੇਰੇ ਘਰਾਂ ਮੂਹਰੇ ਮੁੰਡੇ ਲੈ ਕੇ ਖੜ੍ਹੇ ਸੀਗੇ 5-6 ਜਣੇ, ਅਤੇ ਮੈਂ ਉਹਨਾਂ ਨੂੰ ਉੱਦਣ ਵੀ ਕਿਹਾ ਕਿ ਇੱਥੇ ਨਾ ਖੜਿਆ ਕਰੋ ਹਨੇਰੇ 'ਚ, ਅਤੇ ਕੱਲ੍ਹ ਮੈਂ ਉਹਨਾਂ ਨੂੰ ਰੋਕ ਕੇ ਪੁੱਛਿਆ ਕਿ ਕੀ ਗੱਲ ਕਿੱਥੇ ਕਦੇ ਖੜ੍ਹਦੇ ਹਾਂ, ਅਤੇ ਉਹਨਾਂ ਨੇ ਗੱਲ ਕੀਤੀ ਨਹੀਂ ਅਤੇ ਮੈਨੂੰ ਲੜਨ ਲੱਗ ਗਏ ਅਤੇ ਮੇਰੇ ਸੱਟਾਂ ਸੁੱਟਾਂ ਮਾਰੀਆਂ ਇਕੱਲੇ ਨੂੰ ਦੇਖ ਕੇ। ਪਹਿਲਾਂ ਉਹਨਾਂ ਨੇ ਮੁੰਡੇ ਮਾਂਡੇ ਬੁਲਾ ਕੇ ਆਪਣੇ, ਜਦੋਂ ਮੇਰੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਸੱਟਾਂ ਸੁੱਟਾਂ ਲੱਗ ਗਈਆਂ, ਇਹ ਦਾਖਲ ਹੋਣ ਲੱਗਿਆ, ਉਹਨਾਂ ਨੇ ਕੀ ਕੀਤਾ ਕਿ ਆਪਣੇ ਮੁੰਡਿਆਂ ਨੂੰ ਸੱਦ ਕੇ ਆਪਣੇ ਘਰ ਸਾਰਾ ਕੁਛ ਬਣਾ ਬਣੂ ਲਿਆ ਅਤੇ ਕਹਿੰਦੇ ਕਿ ਤੁਸੀਂ ਆਪਣਾ ਤੁਸੀਂ ਆਏ ਸੀਗੇ ਤੁਸੀਂ ਬਣ ਕੇ ਗਏ ਆ ਸਾਡਾ, ਅਤੇ ਮੇਰੇ ਤਾਂ ਸੱਟਾਂ ਲੱਗੀਆਂ, ਤੁਸੀਂ ਵੀ ਦੇਖ ਸਕਦੇ ਆ ਕਿੱਦਾਂ ਮੈਂ ਜਾ ਸਕਦਾ, ਅਤੇ ਉਹ ਇਲਜ਼ਾਮ ਲਾ ਰਹੇ ਆ ਕਿ ਤੁਸੀਂ ਕਰਾਇਆ ਸਾਰਾ ਕੁਛ, ਅਤੇ ਕਹਿੰਦੇ ਕਿ ਸਾਡੀ ਯਾਦ ਨੂੰ ਗਲਤ ਬੋਲੇ ਆ ਕਿ ਤੁਸੀਂ ਬੋਲੇ ਹੋ ਇਹ ਬੋਲੇ ਜੀ। ਉੱਧਰ ਜਦੋਂ CCTV ਚੈੱਕ ਕੀਤੀ ਗਈ ਤਾਂ ਦੇਖਿਆ ਕਿ ਕਈ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਰਾਮ ਲੁਭਾਏ ਦੇ ਘਰ ਦੀ ਭੰਨਤੋੜ ਕਰਨ ਤੋਂ ਬਾਅਦ ਦੌੜਦੇ ਹੋਏ ਨਜ਼ਰ ਆ ਰਹੇ ਸਨ। ਇਸ ਵਾਰਦਾਤ ਨੂੰ ਲੈ ਕੇ ਜਦੋਂ ਫਿਲੌਰ ਥਾਣਾ ਦੇ ਮੁਖੀ SHO ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਲਦ ਹੀ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਹਨਾਂ ਨੌਜਵਾਨਾਂ ਨੂੰ ਫਿਲੌਰ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਹਰਗਿਜ਼ ਨਹੀਂ ਦਿੱਤੀ ਜਾਵੇਗੀ। ਅੱਜ ਰਾਤ ਵੀ ਸਾਨੂੰ ਇੰਟੀਮੇਸ਼ਨ ਆਈ ਸੀ ਕਿ ਵੀ ਇਸ ਤਰ੍ਹਾਂ ਇੱਥੇ ਮਾਹੌਲ ਜਿਹਾ ਬਣਿਆ ਹੋਇਆ ਲੜਾਈ ਦਾ, ਉਹ ਮੁਹੱਲੇ ਦੇ ਵਿੱਚ ਪਹਿਲਾਂ ਤੂੰ ਮੈਂ ਹੋਈ, ਦੁਬਾਰਾ 2 ਘੰਟਿਆਂ ਬਾਅਦ ਫਿਰ ਤੂੰ ਮੈਂ ਹੋਈ ਆ, ਤਾਂ ਕਾਫੀ ਉਹ ਬਾਹਰੋਂ ਵੀ ਕੁਝ ਲੜਕੇ ਆ ਕਿ ਉਹਨਾਂ ਨੇ ਭੰਨਤੋੜ ਕਰਦੀ ਕੀਤੀ ਆ ਅਤੇ ਕੁਝ ਸੱਟਾਂ ਵੀ ਲੱਗੀਆਂ, ਤਾਂ ਜੋ ਕਾਨੂੰਨ ਦੇ ਮੁਤਾਬਿਕ ਇਹ ਕਾਰਵਾਈ ਉਹ ਕਰ ਰਹੇ ਹਾਂ। ਸਰ ਪਤਾ ਲੱਗਾ ਜਿਹੜੇ ਬੰਦਿਆਂ ਨੇ ਉੱਥੇ ਹੜਦੰਗ ਮਚਾਇਆ ਹੈਗਾ, ਅੱਜ ਵੀ ਉੱਥੇ ਐਕਸ਼ਨ ਕੀਤਾ ਹੈਗਾ, ਹਾਂਜੀ ਅਮਰੇਲਾ ਮਰੀਆਂ, ਉਹਨਾਂ ਦੇ ਪਹਿਲਾਂ ਵੀ ਪਰਚਾ ਦਰਜ ਹੈਗੇ ਕਹਿੰਦੇ 2-3 ਨਵੇਂ, ਉਹਨਾਂ ਦਾ ਰਿਕਾਰਡ ਚੈੱਕ ਕਰ ਰਹੇ ਹਾਂ, ਇੱਦਾਂ ਇਸ ਤਰ੍ਹਾਂ ਹੀ ਸੁਣਨ 'ਚ ਆ ਰਿਹਾ ਕਿ ਉਹਨਾਂ ਦਾ ਜਿਹੜਾ ਪਿੰਡ ਦੇ ਵਿੱਚ ਜਾਂ ਆਸ ਪਾਸ ਤੋਂ ਪਤਾ ਲੱਗਿਆ ਕਿ ਜ਼ਿਆਦਾ ਵਧੀਆ ਕਰੈਕਟਰ ਨਹੀਂ ਹੈਗਾ, ਥੋੜ੍ਹਾ ਜਿਹਾ ਟ੍ਰਬਲ ਮੇਕਿੰਗ ਦੇ ਵਿੱਚ ਜ਼ਿਆਦਾ ਉਹਨਾਂ ਦਾ ਹੈਗਾ ਨਾਮ।